ਗੁਰਮਤ ਦਾ ਨੌਕਰ ਇਹਦੇ ਵਿੱਚ ਗੁਰਮਤ ਦੇ ਲਿਖਣ ਵਾਲੇ, ਗੁਰਮਤ ਦੇ ਪ੍ਰਚਾਰ ਕਰਨ ਵਾਲੇ, ਗੁਰਮਤ ਦੇ ਨਵੇਂ ਅਰਥ ਦੇਣ ਵਾਲੇ, ਗੁਰਮਤ ਨੂੰ ਵਿਆਖਿਆ ਕਰਨ ਵਾਲੇ, ਇਹਦੇ ਬਹੁਤ ਇੰਨੇ ਆਦਮੀ ਹੋਏ ਨੇ ਜਿਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਇਸ ਕੱਲੀ ਮਤ ਦਾ ਪ੍ਰਚਾਰ, ਬਾਕੀ ਜਿੰਨੀਆਂ ਮਤਾਂ ਨੇ ਉਹ ਜੇ ਇੱਕ ਆਦਮੀ ਹੋਇਆ ਜਾਂ ਦੂਆ ਹੋਇਆ ਤਾਂ ਉਹਨੇ ਉਹ ਸੰਸ਼ੋਧਨ ਕੀਤਾ, ਬਾਕੀ ਕੋਈ ਮਤ ਦੋ ਬੰਦਿਆਂ ਦੀ ਬਣੀ ਹੋਈ ਨਹੀਂ। ਜੇ ਦੂਆ ਵਿੱਚ ਆ ਗਿਆ ਤਾਂ ਪਹਿਲੀ ਬਦਲਤੀ ਉਹਨੇ, ਚਾਹੇ ਘਟੀਆ ਬਣਾਤੀ ਚਾਹੇ ਵਧੀਆ ਬਣਾਤੀ, ਉਹਦੇ ਨਾਲ ਮੇਲ ਨਹੀਂ ਖਾਂਦਾ। ਇਹ ਫਰਕ ਹੈ ਇੱਥੇ। ਪਰ ਪੁਰਜਾ ਸਾਡਾ ਤੂੰ ਕਿਸੇ ਗੱਡੀ 'ਚ ਨਹੀਂ ਹੋਰ ਚਾਹੁੰਦਾ, ਇਹ ਠੀਕ ਹੈ। ਥਿਊਰੀ ਸਾਡੀ ਇੱਕ ਹੈ, ਭਗਤ ਕਬੀਰ ਸੀ ਚਾਹੇ ਭਗਤ ਸਾਰੇ ਨੇ, ਉਹਨਾਂ ਦਾ ਥਿਊਰੀ ਇੱਕੋ ਹੀ ਹੈ, ਟਾਰਗੇਟ ਹੈ, ਕੋਈ ਫਰਕ ਨਹੀਂ ਹੈ। ਵਿਆਖਿਆ ਸਭ ਨੇ ਕੀਤੀ ਹੈ ਇਸੇ ਮਤ ਦੀ, ਸਿੱਖਿਆ ਇਸੇ ਮਤ ਦੀ ਦਿੱਤੀ ਹੈ, ਪਰ ਸਾਰਿਆਂ ਦੀ ਮਤ ਇੱਕ ਹੈ, ਕੋਈ ਫਰਕ ਨਹੀਂ। ਉਹਨਾਂ ਕੋਲ ਇੱਕੋ ਹੀ ਮਾਡਲ ਹੈ ਗੱਡੀ ਦਾ, ਸਾਰਿਆਂ ਕੋਲ ਜਿਹੜੀ ਗੱਡੀ ਹੈ ਇੱਕ ਮਾਡਲ ਦੀ ਹੈ, ਵੱਖਰਾ ਮਾਡਲ ਨਹੀਂ ਹੈ ਕਿਸੇ ਦਾ, ਇੱਕ ਦੂਜੇ ਦਾ ਪੁਰਜਾ ਆ ਜਾਂਦਾ, ਬੋਲੀ ਜਾਏ ਕੋਈ ਬੋਲਤੀ, ਅਤੇ ਇੱਕ ਦੂਜੇ ਦਾ ਇੱਕ ਗੱਡੀ ਦਾ ਉਸੇ ਮਾਡਲ ਦਾ ਕਰੈਂਕ ਦੂਜੀ 'ਚ ਆ ਸਕਦੀ ਹੈ, ਹਰ ਪੁਰਜਾ ਆ ਸਕਦਾ, ਪਰ ਦੂਈ ਕੰਪਨੀ ਦਾ ਦੂਈ ਕੰਪਨੀ 'ਚ ਕਿਵੇਂ ਆ ਜਾਊਗਾ, ਉਹਨਾਂ ਦੀ ਕੰਪਨੀ ਹੋਰ। ਗੱਲ ਆ ਹੈ ਸਿਰਫ ਇੱਥੇ ਕਿ ਗੁਰਮਤ ਵੱਖਰੀ ਮਤ ਹੈ, ਨਿਆਰੀ ਮਤ ਹੈ, ਇਹਦਾ ਕੁਛ ਵੀ ਦੂਏ ਧਰਮਾਂ ਦੇ ਨਾਲ ਫਿੱਟ ਨਹੀਂ ਆਉਂਦਾ। ਪੁਰਜਾ ਧਰਮ ਉਹੀ ਨੇ, ਪਿਸਟਨ ਵੀ ਹੈ, ਕਰੈਂਕ ਵੀ ਹੈ, ਹੈੱਡ ਵੀ ਹੈ, ਬਲੌਕ ਵੀ ਹੈ, ਇਵੇਂ ਰਾਮ ਵੀ ਹੈ, ਕ੍ਰਿਸ਼ਨ ਵੀ ਹੈ, ਚੰਡੀ ਵੀ ਹੈ, ਦੁਰਗਾ ਵੀ ਹੈ, ਜਪ ਵੀ ਹੈ, ਤਪ ਵੀ ਹੈ, ਸਿਮਰਨ ਵੀ ਹੈ, ਸਾਰੇ ਲਫ਼ਜ਼ ਉਹੀ ਨੇ, ਨਾਂ ਉਹੀ ਨੇ, ਪਰ ਇਹਨਾਂ ਦੀ ਇਹ ਹੋਰ ਚੀਜ਼ ਹੈ, ਉਹਨਾਂ ਦਾ ਹੋਰ ਚੀਜ਼ ਹੈ, ਨਾਮ ਵੀ ਹੈ, ਇਸ਼ਨਾਨ ਵੀ ਹੈ, ਦਾਨ ਵੀ ਹੈ, ਉਹਨਾਂ ਦੇ ਹੋਰ ਨੇ, ਮਾਇਆਧਾਰੀਆਂ ਦੇ ਹੋਰ ਨੇ, ਇਹ ਨਿਰਾਕਾਰੀਆਂ ਦੇ ਹੋਰ ਨੇ, ਉਹ ਮਾਇਆਧਾਰੀ ਮਤਾਂ ਨੇ। ਬਸ ਇੱਥੋਂ ਫਰਕ ਆ ਇਸ ਗੱਲ ਦਾ, ਫਰਕ ਇੱਥੋਂ ਸਮਝਣ ਵਾਲੀ ਗੱਲ ਹੈ। ਰਲ ਗੱਡ ਕਿਵੇਂ ਕਰ ਦੋਗੇ ਤੁਸੀਂ, ਕਿਵੇਂ ਹੋ ਜੂ ਰਲ ਗੱਡ, ਡਰੀ ਜਾਂਦੇ ਨੇ ਸਮਾਂ ਹਿੰਦੂਆਂ 'ਤੇ, ਲਓ ਜੀ ਹਿੰਦੂ ਖਾ ਜਾਣਗੇ ਤੁਹਾਨੂੰ, ਅਸਲ 'ਚ ਪੱਲੇ ਹੀ ਕੁਛ ਨਹੀਂ ਹੈ, ਪੱਲੇ ਹੀ ਉਹਨਾਂ ਲੋਕਾਂ 'ਤੇ ਕੁਛ ਨਹੀਂ ਹੈ। ਨਾਨਕ ਦਾ ਕੀ ਖਾ ਗਿਆ, ਇਕੱਲਾ ਹੀ ਫਿਰਦਾ ਤਾ ਸ਼ੇਰ ਨੂੰ ਫਿਰਦਾ ਰਿਹਾ, ਕੀ ਖਾ ਗਏ, ਡਰਦੇ ਅਤੇ ਕੰਬਦੇ ਅਤੇ ਜਿੱਥੇ ਆ ਜਾ ਵੜਦਾ ਸੀ, ਇੱਧਰ ਗਿਆ ਤਾਂ ਪਹਿਲਾਂ ਹੀ ਕੰਬ ਗਏ ਜਾ ਕੇ, ਮੁਸਲਮਾਨ ਦੇਸ਼ ਦੇ ਵਿੱਚ, ਪੱਛਮ ਦੇ ਵਿੱਚ, ਵੀ ਨਾਨਕ ਨੂੰ ਨਹੀਂ ਕਿਸੇ ਨੇ ਜਿੱਤ ਸਕਣਾ, ਤਾਂ ਹੀ ਲਿਆਇਆ ਨਾ ਪਾਣੀ ਦਾ ਭਰ ਕੇ, ਵੀ ਇੱਥੇ ਤਾਂ ਪਹਿਲੇ ਮਹਾਰਾਜ ਸੰਤ ਬਹੁਤ ਨੇ, ਵੀ ਸਾਨੂੰ ਸਾਡੀ ਸੰਗਤ ਨੂੰ ਨਾ ਹਲਾ ਦੀ ਕਿਤੇ, ਸਾਰਿਆਂ ਦੀ ਨੂੰ ਸਾਡੀ ਮਾਨਤਾ ਘੱਟ ਜਾਏ। ਉਹ ਕਹਿੰਦਾ ਮੈਂ ਮਾਨਤਾ ਨਹੀਂ ਕਹਿ ਦੀ, ਮੈਂ ਮਾਨਤਾ ਘਟਾਉਣ ਨਹੀਂ ਆਇਆ, ਮੈਂ ਤੁਹਾਡੀ ਸੰਗਤ ਨਹੀਂ ਲੈਣ ਆਇਆ, ਤੁਹਾਨੂੰ ਸਮਝਾਉਣ ਆਇਆ ਵੀ ਤੁਸੀਂ ਜਿੱਥੇ ਖੜ੍ਹੇ ਉੱਥੋਂ ਕਹਾਂ ਚੱਲੋ, ਇਹਨਾਂ ਨੂੰ ਆਪ ਹੀ ਪਾਰ ਜਾਓ, ਇਹਨਾਂ ਨੂੰ ਵੀ ਪਾਰ ਲਓ, ਬੇੜਾ ਤੁਹਾਡਾ ਹੀ ਰਹੂਗਾ, ਪਾਰ ਤੁਸੀਂ ਉਹ ਕਰਨਾ ਹੈ, ਪਰ ਅਰ ਵਿਚਾਲੇ ਲਈ ਖੜ੍ਹੇ ਹੋ, ਆਪ ਵੀ ਡੁੱਬ ਜਾਓਗੇ, ਇਹਨਾਂ ਨੂੰ ਵੀ ਡੋਬ ਲਓਗੇ, ਗਾਹਾਂ ਤੋਰ ਲਓ ਬੇੜੇ ਨੂੰ, ਮੈਂ ਤੁਹਾਨੂੰ ਦੱਸਣ ਆਇਆ ਮੈਂ ਕੀ ਕਰਨਾ ਸੰਗਤ 'ਤੇ, ਮੈਂ ਕੀ ਕਰਾਉਣਾ, ਸੰਗਤ ਤਾਂ ਸਭ ਪਰਮੇਸ਼ਰ ਦੀ ਹੈ, ਪਰ ਉਹ ਆਪਣੀ ਆਪਣੀ ਬਣਾਈ ਬੈਠੇ ਨੇ। ਬੇਸਿਕ ਫਰਕ ਇੱਥੋਂ ਹੁੰਦਾ ਇਹ ਮਤਾਂ ਦਾ, ਪਰ ਇਸ ਗੱਲ ਦਾ ਤਾਂ ਪਤਾ ਹੀ ਨਹੀਂ ਕਿਸੇ। ਨਾਨਕ ਗੁਰਮੁਖੀ ਖਸਮ ਪਛਾਤਾ, ਨਾਨਕ ਗੁਰਮੁਖੀ ਖਸਮ ਪਛਾਤਾ, ਇਸ ਕਰਕੇ ਗੁਰਮੁਖ ਜਿਹੜੇ ਨੇ ਉਹਨਾਂ ਨੇ ਸੱਚ ਨੂੰ ਪਛਾਣ ਲਿਆ। ਖਸਮ ਕੀ ਹੈ? ਸੱਚ, ਇਹ ਸੱਚ ਸਭਨਾ ਕਾ ਖਸਮ ਹੈ। ਨਾਨਕ ਗੁਰਮੁਖੀ ਖਸਮ ਪਛਾਤਾ, ਸੱਚ ਤੱਕ ਪਹੁੰਚ ਗਏ, ਸੱਚ ਆਦਿ ਸੱਚ ਤੱਕ ਪਹੁੰਚ ਗਏ, ਸੱਚ ਪਛਾਣ ਲਿਆ ਉਹਨਾਂ ਨੇ, ਸੱਚ ਸਾਡੀ ਆਤਮਾ ਦਾ ਮੂਲ ਹੈ, ਸੱਚ ਤੋਂ ਹੀ ਪੈਦਾ ਹੋਈ ਹੋਈ ਹੈ, ਸੱਚ ਵੀ ਵਿਛੜੀ ਹੋਈ ਹੈ, ਸੱਚ ਖੰਡ ਵਿੱਚ ਨਿਰਾ ਹੀ ਸੱਚ ਹੈ,
जिते सच खंड है ना उत्थे की है स्टोर है सच का, सच का खजाना है सचखंड। सचखंड चो असीं बिछड़ के डिगे थले, सचखंड पछाण लिया या सच पछाण लिया? सच पछाण लिया, सचखंड नाल जुड़ गया। सच किसी ने नहीं होर पछाणिया, कोई व्याख्या सच की नहीं कर रहा, सच की व्याख्या नहीं कर रहा। सच की व्याख्या कौन करूंगा? क्यों कहता भी क्यों नहीं कर रहा? आत्मा जिहड़ी है ये सच की अंश है, आत्म दर्शन नहीं कोई ग्रंथ करा रहा। एक आत्मा शरीर च आई है, उसकी हिस्ट्री दस रहा है, उन्हें की किया है कृष्ण ने, की किया अपनी जिंदगी च, रामचंद्र ने की किया अपनी जिंदगी च, उसकी जिंदगी का वृतांत दस रहा है। वो तो साखी है, कहानी है जिंदगी की, एक थोड़े जे पीरियड की। ऐ जे तो उन्हें अनेक जूनियां भुगतियां ने पहला, तुसी एक जूनी की गल कर रहे हो, नाले कहना 84 लाख जून है। 84 लाख जून च भी तो फिर के आया रामचंद्र, वो भी दसो, उदियाँ पिछलियां जूनियां बारे भी दसो। जे राजा राम की कहानी दसना सारिया जूनियां दसो, और ये तो बाद हुण कित्थे गया वो सारी दसो कहानी। जे राजा राम की गुरबाणी राजा राम की कहानी है, ए टू जेड दसदी है किवें अड होया, त्रेते जाके तृतीय में कुछ भया दतेड़ा, प्रथमे बसया सत का खेड़ा, उत्थों शुरू कर दी है प्रथमे बसया सत का खेड़ा, तृतीय में कुछ भया दतेड़ा, द्वितीय अर्ध अर्ध समाना, एक रहा ता एको जन, चारे युग दसते ये बिच, चारे युगों की गल करती। होर कौन दसदा है गल? रामायण दसदी है। इस करके मत बखरी है, ये आत्मा की गल कर रही है, सिर्फ शरीर की नहीं कर रही। असी फिर शरीर से लिया के खड़ी करती साखी, इतिहास कौम का इतिहास, कौम नहीं रहा, कौम कद रही किन्ने करोड़ साल हो गए संसार नू, पंजाब च कितनी कौम थी पहला 4000 साल तो पहलियां कौम गलों कितने ने, कितने रह गई कौम, ना रही ने ना रहन गई, कौम नहीं रही होंगी। 4000 साल से पहला दसो कि कौम सी, इतने 4000 साल तुम कितने जाओगे कोई नहीं पता, कि गलों फिरते ने, इन्होंने तो अपने पैर बनी दी दे, अगला पैर कितने रखना, इन्नी नगारी है इन्हों की, अगला पैर कितने रखना, अगला जन्म कितने होना, वह नहीं पता, पिछलियां अगलिया का गाह कितने पता लग जू सचखंड इन्हों। ये तो साढ़े लीडर ने कौम का प्रचार करने वाले, कौम का प्रचार गुरमत के खिलाफ है, गुरबाणी के खिलाफ है। कौम के बैरी बगाना होंगे है, सानू उपदेश है गुरमुखा की है, बैर विरोध गवावै, गुरमुख बैर विरोध।